ਯੂਕਰੇਨ ਤੋਂ ਆਪਰੇਸ਼ਨ ਗੰਗਾ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਵਾਖਵਾਕ ਦੂਤ ਕਰਾਂ ਦੀ ਮਦਦ ਨਾਲ ਘਰ ਵਾਪਸ ਲਿਆਂਦਾ ਜਾ ਰਿਹਾ ਹੈ ਜਲੰਧਰ ਦੇ ਵਿਦੀਪੁਰ ਇਲਾਕੇ 'ਚ ਰਹਿਣ ਵਾਲੇ ਡਾਕਟਰ ਪਰਿਵਾਰ ਦੇ ਤਿੰਨ ਬੱਚੇ ਵੀ ਆਪਰੇਸ਼ਨ ਗੰਗਾ ਤਹਿਤ ਸੁਰੱਖਿਅਤ ਯੂਕਰੇਨ ਤੋਂ ਵਾਪਸ ਆਏ ਨੇ ਇੱਕ ਰਿਪੋਰਟ ਜਲੰਧਰ ਦੇ ਵਿਦੀਪੁਰ ਇਲਾਕੇ ਦੇ ਪਰਿਵਾਰ ਦੇ ਇਹ ਤਿੰਨੋਂ ਬੱਚੇ ਯੂਕਰੇਨ ਤੋਂ ਆਪਰੇਸ਼ਨ ਗੰਗਾ ਤਹਿਤ ਘਰ ਵਾਪਸ ਪਰਤੇ ਨੇ ਘਰ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਬੱਚਿਆਂ ਦਾ ਸਵਾਗਤ ਕੀਤਾ MBBS ਦੀ ਪੜ੍ਹਾਈ ਕਰਨ ਗਏ ਵੰਸ਼ਿਕਾ ਸ਼ਰਮਾ, ਇਸ਼ਾਨ ਸ਼ਰਮਾ ਅਤੇ ਪ੍ਰਥਮ ਸ਼ਰਮਾ ਇੱਕੋ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ। ਭਾਰਤ ਸਰਕਾਰ ਦੇ ਆਪਰੇਸ਼ਨ ਗੰਗਾ ਦੌਰਾਨ ਉਹ ਜਦੋਂ ਦੂਤਗਰ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਨੂੰ ਮੁਫਤ ਦੇਸ਼ ਵਾਪਸ ਲਿਆਂਦਾ ਗਿਆ ਅਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਉਹਨਾਂ ਨੂੰ ਨਹੀਂ ਆਈ। ਰੂਮੀਨੀਆ ਬਾਰਡਰ ਹਮ ਕਰਾਸ ਕੀ ਉਸਕੇ ਬਾਅਦ ਹਮੇ ਪਤਾ ਲਗਾ ਕੁਛ ਐਸਾ ਦਾ ਸੀਨ ਹੈ ਕਿਉਂਕਿ ਹਮੇ ਇਹ ਵੀ ਨਹੀਂ ਪਤਾ tha ਕਿ ਹਮੇ ਰੂਮੀਨੀਆ ਮੇ ਕਿਤਨੇ ਦਿਨ ਰਹਿਣਾ ਹੈ ਔਰ ਕਿਤਨੇ ਦਿਨ ਨਹੀਂ ਰਹਿਣਾ ਮਤਲਬ ਚਲ ਕੇ ਜਾਣਾ ਪੜਾ ਹਮੇ ਥੋੜਾ ਸਾ ਬਾਰਡਰ ਕਰਾਸ ਕਰਤੇ ਵਕਤ ਤੋ ਫਿਰ ਪਰ ਅਗੇ ਜਾਤੇ ਹੀ ਹਮੇ ਰੋਮਾਨੀਆ ਕੇ ਐਨ ਜੀਓ ਥੇ ਉਹਨੋ ਨੇ ਵਹਾਂ ਪੇ ਬਲੈਂਕਟ ਵਗੈਰਾ ਸਭ ਕੁਛ ਅਵੇਲੇਬਲ ਕੀਆ ਹਮਰ ਲਈਏ ਇਹ ਨਾ ਬੱਚਿਆਂ ਦਾ ਕਹਿਣਾ ਹੈ ਜੇਕਰ ਆਪਣੇ ਦੇਸ਼ ਵਿੱਚ ਹੀ ਮੈਡੀਕਲ ਦੀ ਪੜਾਈ ਸਸਤੀ ਹੋ ਜਾਵੇ ਤਾਂ ਬੱਚਿਆਂ ਨੂੰ ਬਾਹਰ ਜਾਣ ਤੋਂ ਨਜਾਤ ਮਿਲ ਸਕਦੀ ਹੈ ਕਿਉਂਕਿ ਯਹਾਂ ਬਹੁਤ ਐਕਸਪੈਂਸਿਵ ਹੈ ਉਹ ਜੋ ਚੀਜ਼ ਯਹਾਂ ਤਦ ਮੈਕਸਿਮਮ 6 ਸਾਲਾਂ ਵਿੱਚ ਟੋਟਲ ਜੇਨਮ ਹੋ ਜਾਏਗੀ ਯਕੀਨਨ ਆਪਰੇਸ਼ਨ ਕੰਗਾ ਵਿਦਿਆਰਥੀਆਂ ਨੂੰ ਸੁਰੱਖਿਤ ਵਾਪਸ ਲਿਆਉਣ ਵਿੱਚ ਬੇਹਦ ਮਦਦਗਾਰ ਮੰਨ ਰਿਹਾ ਹੈ ਸੁਤੰਤਰ ਕੁਮਾਰ ਦੇ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ